ਸ਼ਿਵ ਜੀ ਗੱਲਾਂ ਕਰਦੇ ਆ ਇਹ ਪੂਰੀ ਜ਼ਿੰਦਗੀ ਲਾ ਕੇ ਵੀ 40-40 ਸਾਲ ਲੱਗ ਜਾਂਦੇ ਇੰਨੀ ਸ਼ੋਹਤ ਨਹੀਂ ਮਿਲਦੀ ਜਿਹੜੀ ਉਹ ਜਵਾਨ ਨੂੰ 4-5 ਸਾਲ ਚ ਇਹ ਤਕਦੀਰ ਲਿਖਣ ਵਾਲਾ ਜਾਣਦਾ ਮਾਲਕ ਜਾਣਦਾ ਵੀ ਉਹਦੀ ਜ਼ਿੰਦਗੀ ਇੰਨੀ ਕਿਉਂ ਛੋਟੀ ਸੀ ਪਰ ਉਹ ਦੁੱਖ ਕੈਸਾ ਦਿਲ ਚ ਛੱਡ ਗਿਆ ਜਿਹੜੇ ਵੀ ਸੰਗੀਤ ਪ੍ਰੇਮੀ ਹੈ ਸਾਰੀ ਜ਼ਿੰਦਗੀ ਅੰਦਰ ਹੋਊਗਾ ਬਾਹਰ ਨਹੀਂ ਲੱਗਦਾ ਸੀ ਔਰ ਉਹਦੇ ਮਾਂ ਬਾਪ ਮਾਤਾ ਪਿਤਾ ਦਾ ਜਿਹੜਾ ਦੁੱਖ ਹੈ ਉਹ ਦੇਖਿਆ ਨਹੀਂ ਜਾਂਦਾ ਕਈ ਵਾਰ ਇੰਟਰਵਿਊ ਦੀ ਮੈਂ 2 ਮਿੰਟ ਲਾ ਕੇ ਬੰਦ ਕਰ ਲਈ ਉਹ ਬਹੁਤ ਮੁਸ਼ਕਿਲ ਹੁੰਦਾ ਉਹਨਾਂ ਦੇ ਬੋਲ ਸੁਣ ਸਰਦਾਰ ਕੁਲਤਾਰ ਸਿੰਘ ਸਿੰਧੂ ਮੈਂ ਇੱਕ 4 ਲਾਈਨ ਉਹਨੂੰ ਸਮਰਪਿਤ ਕਰਦਾ ਸਾਡੇ ਬੜੇ ਪੁਰਾਣੇ ਸ਼ੇਰ ਹੈ ਕਿੰਨੀ ਨੇਕੀ ਕਿਸੇ ਨੇ ਕਮਾਈ ਯਾਦ ਰਹਿੰਦੀ ਬੰਦੇ ਪਿੱਛੋਂ ਬੰਦੇ ਦੀ ਭਲਾਈ ਯਾਦ ਰਹਿੰਦੀ ਮੌਤ ਸਿੱਧੀ ਜ਼ਿੰਦਗੀ ਨੂੰ ਲੈ ਜਾਂਦੀ ਨਾਲ ਨੇਪੀ ਕਿੱਦਾਂ ਕਿਸੇ ਜ਼ਿੰਦਗੀ ਬਿਤਾਈ ਯਾਦ ਰਹਿੰਦੀ ਇੱਕ ਉਹਨਾਂ ਦਾ ਗਾਣਾ ਮੈਂ ਅਕਸਰ ਪਿੱਛੇ USA ਹਾਜ਼ਰੀਆਂ ਸੀ ਤੇ ਮੈਂ ਹਰ ਜਗ੍ਹਾ ਇਹ ਹਾਜ਼ਰੀ ਲਾਈ ਕਦੇ ਸੂਰਜ ਵਾਂਗੂ ਤਪਦਾ ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾਇਆ ਮਾਂ ਕਦੇ ਕਦੇ ਮੈਨੂੰ ਲੱਗਦਾ ਮੈਂ ਜਵਾਨ ਤੇਰੇ ਵਰਗਾ ਮਾਂ ਕਦੇ ਕਦੇ ਮੈਨੂੰ ਲੱਗਦਾ ਮੈਂ ਜਵਾਨ ਤੇਰੇ ਵਰਗਾ ਕੋਈ ਕਰਦਾ ਵੇਖ ਤਰੱਕੀ ਕੋਈ ਕਰਦਾ ਵੇਖ ਤਰੱਕੀ ਮੈਥੋਂ ਸਾੜਾ ਨਹੀਂ ਹੁੰਦਾ ਤੇਰੇ ਵਾਂਗੂ ਮੈਥੋਂ ਜਾ ਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਮੈਨੂੰ ਕਹਿੰਦੇ ਕੱਲਾ ਸਿੱਧੂ ਕਹਿੰਦੇ ਕੱਲਾ ਸਿੱਧੂ ਕਈਆਂ ਲਈ ਬਥੇਰੇ ਵਰਗਾਇਆ ਕਦੇ ਕਦੇ ਮੈਨੂੰ ਲੱਗਦਾ ਮੈਂ ਜਵਾਂ ਤੇਰੇ ਵਰਗਾ ਕਦੇ ਬਾਪੂ ਵਾਂਗੂ ਦੁਨੀਆ ਉੱਤੇ ਹਰ ਖਿਜਿਆ ਆਉਂਦਾ ਏ ਕਦੇ ਤੇਰੇ ਵਾਂਗੂ ਦੁਨੀਆ ਉੱਤੇ ਤਰਸ ਜਿਹਾ ਆਉਂਦਾ ਏ ਮੈਨੂੰ ਕਹਿੰਦੇ ਇਹ ਚਿਹਰਾ ਜਵਾਂ ਤੇਰੇ ਚਿਹਰੇ ਵਰਗਾਇਆ ਕਦੇ ਕਦੇ ਮੈਨੂੰ ਲੱਗਦਾ ਮੈਂ ਜਵਾਂ ਤੇਰੇ ਵਰਗਾਇਆ ਕਦੇ ਕਦੇ ਮੈਨੂੰ ਲੱਗਦਾ ਮੈਂ ਜਵਾਂ ਤੇਰੇ